ਭੈਣ ਚੋ ਵੀ ਮੇਰੀ ਕੁੜੀ ਗਈ, ਮੇਰੀ ਕੁੜੀ ਦੀ ਫੁੱਦੀ ਜਾਂਦਾ ਰਹੀ ਦੇ ਮੁੰਡੇ ਨੇ ਮਾਰੀ, ਪਰ ਕੋਈ ਮੈਨੂੰ ਨਾਮ ਨੀ ਦਿੱਤਾ ਨਾ ਕੁਛ ਪੁੱਛਿਆ ਮੈਨੂੰ। ਇਹ ਭੈਣ ਚੋ ਬਹਿਣਾ ਭੇਦ ਭਾਵ ਕਦੇ ਕੀਤਾ ਜਾ ਰਿਹਾ ਮੇਰੇ ਨਾਲ, ਕੀ ਮੈਂ ਗੰਦੂ ਨਹੀਂ ਹਾਂ, ਕੀ ਮੈਂ ਬੋਲੂ ਨਹੀਂ ਹਾਂ, ਕੀ ਮੈਂ ਚੱਟਾ ਨਹੀਂ ਹਾਂ। ਮੈਂ ਸਾਰੀ ਪਾਸੇ ਆਪਣੀ ਭੈਣ ਚਲਾਉਂਦਾ ਹਾਂ, ਪਰ ਮੇਰੀ ਭੈਣਾਂ ਦੇ ਫੁੱਦਿਆਂ ਦਾ, ਮੇਰੀ ਕੁੜੀਆਂ ਦੀ ਫੁੱਦੀ ਦਾ, ਮੰਮੀਆਂ ਦਾ ਕੋਈ ਮੁੱਲ ਨਹੀਂ ਪਾਇਆ ਜਾ ਰਿਹਾ। ਇਹ ਸਰਕਾਰ ਜਰਦਾਰੀ ਦੀ ਮੇਰੀ ਤਾਂ ਦੱਬ ਕੇ ਬੁੰਡ ਮਾਰ ਰਹੀ ਹੈ। ਪਾਕਿਸਤਾਨ ਦੇ ਕ੍ਰਿਕਟ ਪਲੇਅਰਾਂ ਨੂੰ ਕਹਿ ਰਿਹਾ ਤੁਸੀਂ ਇੰਗਲੈਂਡ ਜਾ ਕੇ ਆਪਣੀ ਭੈਣਾਂ ਦੇ ਫੁੱਦੇ ਫਿਕਸ ਕਰੋ, ਸਾਰਾ ਕੁਛ ਕਰੋ, ਤੇ ਮੈਂ ਇੱਥੇ ਇੰਡੀਆ ਵਾਲਿਆਂ ਤੋਂ ਆਪਣੀ ਗਾਂਢ ਫੜੋ, ਉਹਨਾਂ ਤੇ ਇਤਰਾਜ਼ ਕਰਦੇ ਆ। ਇਹ ਬਹੁਤ ਗਲਤ ਕੰਮ ਆ, ਇੱਥੇ ਭੇਦਭਾਵ ਖਤਮ ਕਰਨਾ ਚਾਹੀਦਾ। ਮੇਰੀ ਭੈਣ ਦੀ ਗੁੱਸੀ ਅਫਗਾਨਿਸਤਾਨ ਚ ਕਰਜ਼ਈ ਮਾਰ ਸਕਦਾ ਹੋਵੇ, ਨਾਟੋ ਸੈਨਾ ਜਦੋਂ ਮਰਜ਼ੀ ਆਵੇ ਮੇਰੀ ਕੁੜੀ ਦੇ ਫੁੱਦੇ ਜਲਨ ਪਾ ਸਕਦੀ ਹੋਵੇ, 24 ਦਿਨ ਚ ਮੇਰੀ ਕੁੜੀ ਫੁੱਦੇ ਦੇਣ ਨੂੰ ਤਿਆਰ ਰਵੇ, ਅਤੇ ਉੱਥੇ ਕੋਈ ਰੋਕ ਨਾ ਲੱਗੇ, ਜਦੋਂ ਮਰਜ਼ੀ ਕਸ਼ਮੀਰ ਤੋਂ ਇੰਡੀਆ ਆਰਮੀ ਦੇ ਸੈਨਿਕ ਆਉਣ, ਅਤੇ ਮੇਰੀ ਕੁੜੀ ਤੋਂ ਆਪਣੇ ਜਲਨਾਂ ਦੇ ਚਿੱਤਰ ਮਰਾਉਣ, ਅਤੇ ਉਸ ਤੇ ਵੀ ਕੋਈ ਰੋਕ ਨਹੀਂ ਲੱਗਣੀ ਚਾਹੀਦੀ। ਸਾਰੇ ਬਾਰਡਰ ਖੋਲ ਦੇਣੇ ਚਾਹੀਦੇ ਨੇ ਤਾਂ ਕਿ ਪਾਕਿਸਤਾਨ ਦੀ ਕੁੜੀਆਂ ਇੰਡੀਆ ਜਾ ਸਕਣ ਤੇ ਆਪਣੀਆਂ ਕੁਸੀਆਂ ਪਰਵਾ ਸਕਣ। ਪਰ ਸਾਲਾ ਮੇਰੀ ਕੌਣ ਸੁਣਦਾ, ਮੈਂ ਅੱਧੇ ਕੱਪ ਗੰਡੂ ਪਾਕਿਸਤਾਨ ਨਾਲ ਪ੍ਰੋਗਰਾਮ ਚਲਾ, ਜਿਸ ਚ ਮੈਂ ਦੱਸਿਆ ਕਿ ਆਪਾਂ ਪਾਕਿਸਤਾਨ ਦੇ ਵਿੱਚ ਮੁੱਲੇ ਜਿਹੜੇ ਚੁੰਗਦੇ ਲੱਲੇ, ਇਹਨਾਂ ਦੇ ਘਰੋਂ ਟੋਪ ਟੋਪ ਦੀਆਂ ਗਸਤੀਆਂ ਚੁੰਗੀਆਂ ਨੇ, ਕੱਢਣੀਆਂ ਨੇ, ਜਿਹੜੀਆਂ ਕੁੜੀਆਂ ਮਾਝੇ ਚ ਬਹਿ ਕੇ ਨਮਾਜ਼ ਪੜ੍ਹਦੀਆਂ ਨੇ ਤੇ ਫੁੱਦੀ ਚੁੰਗ ਲੈਂਦੀਆਂ ਨੇ, ਇਹਨਾਂ ਨੂੰ ਵੱਡੇ ਵੱਡੇ ਅਵਾਰਡ ਦੇਣੇ ਆ। ਮੁੱਲੇ ਚੁੰਗਦੇ ਲੱਲੇ ਸਾਰਿਆਂ ਚ ਘਰ ਖੁੱਲੇ। ਮੁਹੰਮਦ ਆਸਿਫ ਦਾ ਬੜਾ ਭੈਣ ਦਾ ਲੋੜਾ ਪੱਕਾ ਗੱਲਾ ਸਾਰਾ ਹੈ ਜੀ। ਇਹ ਮੁਹੰਮਦ ਆਸਿਫ ਦਾ ਬੜਾ ਕਹਿੰਦਾ ਮੇਰੇ ਮੁੰਡੇ ਦੀ ਬੁੰਡ ਮਾਰੋ, ਮੈਂ ਕਿਹਾ ਭੈਣ ਚ ਮੇਰੀ ਕੁੜੀ ਦੀ ਫੁੱਦੀ ਮਾਰੋ, ਕਹਿੰਦਾ ਮੇਰੇ ਮੁੰਡੇ ਦੀ ਬੁੰਡ ਮਾਰੋ, ਦੱਸੋ ਹੋਰ ਕੀ ਕਰੀਏ। ਹੁਣ ਤਾਂ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀਆਂ ਵਿਕਟ ਹੁੰਦੀ ਆ, ਵਿਕਟ ਤਿੰਨ ਵਿਕਟਾਂ ਹੁੰਦੀਆਂ ਨੇ ਗਰਾਊਂਡ ਚ, ਉਹ ਵੀ ਪਾਕਿਸਤਾਨੀ ਜਿਹੜੇ ਪਲੇਅਰ ਨੇ ਆਪਣੀ ਬੁਣ ਚਲਾ ਦਿੰਦੇ, ਆਪਣੀ ਭੈਣਾਂ ਦੀ ਫੁੱਦੀ ਦੇ ਕੇ ਦੱਸਦੇ ਨੇ ਇੰਡੀਆ ਵਾਲਿਆਂ ਨੂੰ, ਵਿਕਟ ਨੂੰ ਕਿ ਸਾਡੀ ਭੈਣ ਦੀ ਫੁੱਦੀ ਚ ਇੰਨਾ ਵੱਡਾ ਲੰਘ ਵੀ ਜਾ ਸਕਦਾ ਹੈ, ਤਾਂ ਕਿ ਉਹ ਜਿਹੜੇ ਮਰਜ਼ੀ ਲੈਣ ਵਾਲੇ ਇੰਡੀਆ ਵੱਡੇ ਵੱਡੇ ਲੈਣ ਵਾਲੇ ਬੰਦੇ ਆ ਕੇ ਉਹਨਾਂ ਦੀ ਭੈਣਾਂ ਧੀਆਂ ਚੁੰਦੀ ਜਾਣ। ਪਰ ਮੇਰੀ ਕੁੜੀ ਦੇ ਫੁੱਦੇ ਦਾ ਮੁੱਲ ਹੀ ਨਹੀਂ ਪੈ ਰਿਹਾ, ਕੀ ਗੱਲ ਮੈਨੇ ਨਾ ਭੇਦ ਭਾਵ ਕਿਉਂ, ਜਰਦਾਰੀ ਤੇਰੀ ਮਾਂ ਦੀ ਫੁੱਦੀ ਹਰੇਕ ਨੇ ਮਾਰੀ, ਮਨਮੋਹਨ ਸਿੰਘ ਨੇ ਵੀ ਮਾਰੀ, ਭੈਣ ਚੋਂ ਅਟਲ ਬਿਹਾਰੀ ਵਾਜਪੇਈ ਨੇ ਵੀ ਛੱਡੀ ਵਿੱਚ ਪਛਤਾਰੀ, ਫਿਰ ਮੈਨਾਂ ਇੰਨਾ ਭੇਦ ਭਾਵ ਕਿਉਂ, ਹੱਲਾ ਗੁੱਲਾ ਪਾਕਿਸਤਾਨ ਦੀ ਗਾਂਢ ਚ ਲੱਲਾ ਮੇਰੀ ਬੁੰਡ ਚ ਵੀ ਖੁੱਲਾ, ਕਿਉਂ ਮੈਨਾਂ ਭੇਦ ਭਾਵ ਕੀਤਾ ਜਾ ਰਿਹਾ ਮੇਰੇ ਗੰਡੂ ਨਾਲ। ਮੈਂ ਭੈਣ ਜੋ ਆਪਣੇ ਦੇਸ਼ ਵਿੱਚ ਆਪਣੀ ਕੁੜੀ ਆਪਣੀ ਭੈਣਾਂ ਦੇ ਫੁੱਦੇ ਕਢਵਾ ਰਿਹਾ, ਇਜ਼ਰਾਈਲ ਤੋਂ, ਅਮਰੀਕਾ ਤੋਂ, ਕੈਨੇਡਾ ਤੋਂ, ਤੇ ਭੈਣ ਚੋਂ ਮੈਨੂੰ ਇਹ ਮੁੱਲ ਦਿੱਤਾ ਕਿ ਅੱਜ ਮੇਰੇ ਕੋਲ ਲਾਲ ਟੋਪੀ ਲੈਣ ਜੋਗੇ ਪੈਸੇ ਨਹੀਂ ਹੁੰਦੇ, ਮੈਂ ਮਸਾਂ ਇੱਧਰ ਉੱਧਰ ਜਾਂਦਾ, ਕਈਆਂ ਦੀ ਵੀ ਇਜ਼ਰਾਈਲ ਜਿਹੜੇ ਸੈਨਿਕ ਆ ਨਾਟੋ ਦੇ, ਉਹਨਾਂ ਦੇ ਉਹਨਾਂ ਦੀ ਮੁੱਠ ਮੁੱਠ ਮਾਰਦਾ, ਉਹ 2000 ਰੁਪਏ ਦਿੰਦੇ ਨੇ ਜਿਹਨਾਂ ਮੈਂ ਕੱਪੜੇ ਲੈਣਾ ਟੋਪੀ ਲੈਣਾ। ਇਹ ਭੇਦਭਾਵ ਖਤਮ ਕੀਤਾ ਜਾਵੇ, ਹੱਲਾ ਗੁੱਲਾ ਪਾਕਿਸਤਾਨ ਦੀ ਗਾਂਢ ਚ ਲੱਲਾ, ਮੁੱਲੇ ਚੁੰਗਦੇ ਲੱਲੇ ਸਾਰਿਆਂ ਚ ਤੜਪਲੇ।